ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਜਿਨ੍ਹਾਂ ਲੋਕਾਂ ਨੇ ਪੌਦੇ ਲਗਾਉਣ ਦਾ ਯੋਗਦਾਨ ਪਾਇਆ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਮਾਨਸਾ 'ਚ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਮੁੱਖ ਮਹਿਮਾਨ ਦੇ ਤੌਰ 'ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹਿੱਸਾ ਲਿਆ। ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵੱਡੇ ਪੱਧਰ 'ਤੇ ਪ੍ਰਯਾਸ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਚੱਲਦੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਵਿਅਕਤੀ ਨੂੰ 550 ਪੌਦੇ ਲਗਾ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ। ਬਹੁਤ ਅੱਛਾ, ਪਿਛਲੇ ਸਾਲ ਦੇ ਲੱਗੇ ਹੋਏ ਅਸੀਂ ਔਰ ਪੂਰੇ ਹਿੰਦੁਸਤਾਨ 'ਚ ਪਹਿਲੀ ਸਟੇਟ ਸੀ। ਮੁੱਖ ਮੰਤਰੀ ਜੀ ਦੀ ਆਸ਼ੀਰਵਾਦ ਦੇ ਸਦਕਾ ਅਸੀਂ ਫਰੀ ਆਫ ਕੋਸਟ ਪਿਛਲੇ ਸਾਲ 18 'ਚ ਅਸੀਂ ਬੂਟੇ ਦਿੱਤੇ ਲੋਕਾਂ ਨੂੰ ਕਰੋੜਾਂ 'ਚ, ਔਰ ਲੋਕਾਂ ਨੇ ਐਪ ਦੇ ਰਾਹੀਂ, ਕਿਉਂਕਿ ਅਸੀਂ ਐਪ ਚਾਲੂ ਕੀਤੀ, ਐਪ ਅਪਲੋਡ ਕਰਕੇ ਜਿੱਥੇ ਜਿੰਨੇ ਬੂਟੇ ਜਿੱਥੇ ਚਾਹੀਦੇ ਦਿੱਤੇ ਅਸੀਂ, ਔਰ ਪਹਿਲੀ ਵਾਰੀ ਹੈ ਕਿ ਸਟੇਟ ਨੇ ਫਰੀ ਬੂਟੇ ਦਿੱਤੇ ਨੇ। ਹੁਣ ਫਰੀ ਆਫ ਕੋਸਟ ਅਸੀਂ ਬੂਟੇ ਦੇ ਰਹੇ ਔਰ ਥਾਂ ਥਾਂ ਹਰ ਨਗਰ 'ਚ 550 ਬੂਟੇ ਇਸ ਕਰਕੇ ਲਾਜ਼ਮੀ ਨੇ ਕਿ ਸਾਡੀ ਜ਼ਿੰਦਗੀ 'ਚ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਗੁਰਪੁਰਬ ਆ ਰਿਹਾ, ਉਹਨੂੰ ਧਿਆਨ 'ਚ ਰੱਖਦੇ ਹੋਏ 550 ਬੂਟੇ ਜ਼ਰੂਰੀ ਨੇ ਨਗਰ ਦੇ ਵਿੱਚ, ਔਰ ਬਾਕੀ ਜਿਹਨੇ ਜ਼ਿਆਦਾ ਲਾਉਣੇ ਨੇ ਤਾਂ ਵੈਰੀ ਗੁੱਡ। ਮਾਨਸਾ ਤੋਂ ਕੁਲਵੀਰ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। Hello everyone, my name is Devya Sethi. I am from Fagwada aur main 25 saal ki hu. One of my friend from Jalandhar, unhone mujhe body fat ke bare mein bataya. Sirf 3 mahine yahan pe spend karne ke baad maine total weight loss yahan pe 16 kg kiya hai aur mera inch loss bhi 70 plus kiya hai. I would like to say please come here for a healthy weight loss and you will see the results. Thank you so much. ਸਾਡਾ ਅੱਜ ਤੋਂ ਵੇ ਸਜਣਾ।